ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਹਾਨੂੰ ਅੱਗੇ ਬੇਨਤੀ ਹਮੇਸ਼ਾ ਕਰਦੇ ਰਹਿੰਦੇ ਕਿ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰੋ, ਕਿਉਂਕਿ ਤੁਸੀਂ ਅਭੈਜੋਤ ਵਰਗੇ ਬਹੁਤ ਸਾਰੇ ਛੋਟੇ ਜਵਾਕ ਨੇ ਜਿਨ੍ਹਾਂ ਨੂੰ ਸਕੂਲ ਦੇ ਫੀਸਾਂ ਦੀ ਲੋੜ ਹੈ, ਜੋ ਕਿ ਪਰੇਸ਼ਾਨ ਨੇ। ਉਹਨਾਂ ਦੇ ਮਾਤਾ, ਉਹਨਾਂ ਦੇ ਪਿਤਾ ਜੀ ਅੱਜ ਕੱਲ੍ਹ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤੁਹਾਡੇ ਸ਼ੇਅਰ ਕੀਤੇ ਵੀਡੀਓ ਜੀ ਤੁਹਾਡੇ ਤੱਕ ਪਹੁੰਚੇ ਸੀ ਔਰ ਤੁਸੀਂ ਦੇਖ ਕੇ ਸਾਨੂੰ ਫੋਨ ਕੀਤਾ, ਹੈ ਨਾ। ਕਿੰਨੇ ਟਾਈਮ ਦੀ ਫੀਸ ਪੈਂਡਿੰਗ ਹੈ ਭੈਣ ਜੀ ਦੀ? ਪਿਛਲੇ ਸਾਲ ਦੀ, ਹੁਣ 2 ਸਾਲ ਦੀ ਫੀਸ ਪੈਂਡਿੰਗ ਹੈ ਨਾ। ਸੋ ਸੰਗਤ ਦੇ ਸਹਿਯੋਗ ਦੇ ਨਾਲ, ਹੈ ਨਾ ਭੈਣ ਜੀ, ਉਹਨਾਂ ਨਾਲ ਗੱਲ ਹੋਈ ਸੀ ਅਤੇ 21,660 ਰੁਪਏ ਇਹਦੇ 2 ਸਾਲ ਦੀ ਫੀਸ ਦੇ ਪੈਸੇ ਬਣਦੇ ਆ। ਆ ਭੈਣ ਜੀ, ਇਹ ਦੇ ਕੇ ਚੱਲੇ ਹਾਂ, ਇਹਨੂੰ ਕਢਾ ਕੇ ਸਕੂਲ 'ਚ ਜਮ੍ਹਾਂ ਕਰਾ ਦਿਓ, ਠੀਕ ਹੈ ਜੀ। ਅਤੇ ਵਾਹਿਗੁਰੂ ਅਭੈਜੋਤ, ਤੁਹਾਡੇ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਭੈਜੋਤ ਵਰਗੇ ਬੱਚਿਆਂ ਨੂੰ ਲੋੜ ਹੈ ਔਰ ਉਹ ਤਾਂ ਹੀ ਸਾਨੂੰ ਅਪਰੋਚ ਕਰ ਪਾਉਂਦੇ ਜਦ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ। ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝੋ। ਜੋ ਦਸਵੰਧ ਹੈ ਨਾ, ਉਹ ਇਹਨਾਂ ਦੇ ਉੱਪਰ ਅਹਿਸਾਨ ਨਹੀਂ ਹੈਗਾ, ਉਹ ਸਾਡੇ ਕੋਲ ਅਮਾਨਤ ਹੁੰਦੀ ਹੈ ਗੁਰੂ ਦੀ, ਜੋ ਕਿ ਇਹਨਾਂ ਤੱਕ ਪਹੁੰਚਾਉਣੀ ਜ਼ਰੂਰੀ ਹੁੰਦੀ ਹੈ। ਸੋ ਤੁਹਾਡੇ ਸਹਿਯੋਗ ਦੇ ਨਾਲ ਪਹੁੰਚਾਉਂਦੇ ਹਾਂ ਅਭੈਜੋਤ। ਦੇਖੋ ਹੁਣ ਆ ਸਕੂਲ ਡਰੈਸ ਦੇ ਹਾਲ ਇਹ ਹੋ ਗਏ ਨਾ, ਇਹ ਸਕੂਲ ਡਰੈਸ ਦੇ ਹਾਲ ਹੋ ਗਏ। ਇੱਕੋ ਸਕੂਲ ਡਰੈਸ ਬੱਚੇ, ਹੈਂ, ਇਹ ਖਰਾਬ ਕਿੰਨੀ ਹੈ ਦੇਖੋ। ਜੇ ਆਪਾਂ ਗੌਰ ਕਰੀਏ, ਬੱਚੇ ਨੂੰ 2 ਜਾਂ 3 ਸਕੂਲ ਡਰੈਸਾਂ ਚਾਹੀਦੀਆਂ ਨੇ, ਹੈ ਨਾ। ਇਹ ਪਿਛਲੇ ਸਾਲ ਦੀ ਸਕੂਲ ਡਰੈਸ ਆ, ਹਾਂ, ਪਿਛਲੇ ਸਾਲ ਦੀ ਹੈ, ਇਹੀ ਪਾ ਕੇ ਜਾ ਰਹੇ ਹੋ। ਇਹਨੂੰ ਇੱਕ ਫਾਈਨੈਂਸ਼ੀਅਲ ਹੈਲਪ ਡਰੈਸ ਲਈ, ਹੈ ਨਾ। ਆਹ ਜੁੱਤੇ ਬੱਚੇ ਤੁਹਾਡੇ ਇਹੀ ਪਾ ਕੇ ਜਾ ਰਹੇ ਹੋ, ਬੱਚੇ ਤਾਂ ਕੌਨਫੀਡੈਂਸ ਕਿੱਥੇ ਰਹੇਗਾ ਇਹਨਾਂ ਜੁੱਤਿਆਂ ਦੇ ਵਿੱਚ, ਇਹਨਾਂ ਡਰੈਸਾਂ ਦੇ ਵਿੱਚ, ਹੈ ਨਾ। ਕਿਵੇਂ ਉਹ ਸਮਾਜ ਨਾਲ ਕੰਪੀਟ ਕਰੇਗਾ ਅੱਜ ਕੱਲ੍ਹ ਦੇ ਕੰਪੀਟੀਟਿਵ ਦੌਰ ਦੇ ਵਿੱਚ, ਹੈ ਨਾ। ਬੱਚੇ ਨੂੰ ਸਕੂਲ ਦੇ ਲਈ ਜੋ ਇੱਕ ਫਾਈਨੈਂਸ਼ੀਅਲ ਏਡ ਵੀ ਦੇ ਕੇ ਚੱਲੇ ਹਾਂ, 2,000 ਰੁਪਏ ਦਾ ਚੈੱਕ ਹੈ ਭੈਣ ਜੀ, ਇਹ ਵੀ ਲਾ ਲਿਓ, ਇਸ ਬੱਚੇ ਦੇ ਲਈ ਹੈ, ਠੀਕ ਹੈ ਜੀ। ਆਹ ਤੁਹਾਡੇ 2 ਸਾਲ ਦੀ ਫੀਸ ਹੈ 21,660 ਰੁਪਏ, 2,000 ਰੁਪਏ ਤੁਹਾਡੇ ਇਹਦੇ ਬੱਚੇ ਲਈ ਸਕੂਲ ਦੀ ਡਰੈਸ ਵਗੈਰਾ, ਹੈ ਨਾ, ਕਾਪੀ ਕਿਤਾਬਾਂ ਦਾ ਖਰਚਾ ਰਹੇਗਾ। ਭੈਣ ਜੀ, ਜਦ ਤੁਸੀਂ ਸਾਨੂੰ ਮੈਸੇਜ ਕੀਤਾ ਜਾਂ ਫੋਨ ਕੀਤਾ, ਕਿਆ ਮਨ 'ਚ ਕਿਆ ਵਿਚਾਰ ਸੀਗਾ? ਆਵਾਂਗੇ ਉਮੀਦ ਸੀਗੀ, ਭੈਣ ਜੀ ਨੇ ਸ਼ੁਕਰ ਹੈ, ਭੈਣ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਭਰੋਸੇ ਨਾਲ ਸਾਨੂੰ ਕਾਲ ਕੀਤੀ, ਸਾਨੂੰ ਮੈਸੇਜ ਕੀਤਾ। ਛੋਟੇ ਬੱਤੇ ਨੇ ਬੜਾ ਇੱਕ VC ਭੇਜੀ, ਮੈਂ ਰਾਤ ਨੂੰ 9 ਵਜੇ ਸੁਣੀ, ਇੱਕ ਵਾਰ ਦਿਲ ਪਸੀਜ ਗਿਆ ਨਾ, ਕਹਿੰਦਾ ਕਿਆ ਕਿਹਾ ਸੀ ਉਹ 'ਚ, ਨਾ ਭੈਣੇ ਐਂ ਨਾ ਰੋ, ਹੈ ਨਾ, ਐਂ ਨਾ ਰੋ, ਹੈ ਨਾ, ਅਤੇ ਗੁਰੂ ਦੀ ਸੰਗਤ ਹੈ, ਇਹਨੇ ਸਭ ਕੁਛ ਕਰ ਦੇਣਾ, ਹੈ ਨਾ। ਅਤੇ ਪਿੱਛੇ ਕਮਰਿਆਂ ਦਾ ਹਾਲ ਵੀ ਬਹੁਤ ਬੁਰਾ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਜ਼ਰੂਰ ਇੱਕ ਹੋਰ। ਅਤੇ ਫਿਲਹਾਲ ਤਾਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ, ਔਨਲਾਈਨ ਸੇਵਾ ਜ਼ਰੂਰ ਨਿਭਾਉਂਦੇ ਰਹੋ, ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ, ਤਾਂ ਕਿ ਅਭੈਜੋਤ ਵਰਗੇ ਬੱਚੇ ਸਾਨੂੰ, ਇਹਨਾਂ ਦੀ ਮਾਵਾਂ ਸਾਨੂੰ ਅਪਰੋਚ ਕਰ ਸਕਣ ਔਰ ਫੀਸਾਂ ਭਰਨ ਦੇ ਵਿੱਚ ਲਗਾਤਾਰ ਸੇਵਾ ਸਹਿਯੋਗ ਨਿਭਾ ਸਕੀਏ। ਤੁਸੀਂ ਜੁੜ ਵੀ ਸਕਦੇ ਹੋ, ਅਭੈਜੋਤ ਵਰਗੇ ਬਹੁਤ ਸਾਰੇ ਲੋਕ ਲਗਾਤਾਰ ਸਾਨੂੰ ਅਪਰੋਚ ਕਰਦੇ ਨੇ ਔਰ ਫੀਸਾਂ ਦੀ ਡਿਮਾਂਡ ਹੁੰਦੀ ਹੈ ਨਾ, ਅਤੇ ਅਸੀਂ ਆਪ ਜਾ ਕੇ, ਹਾਲਾਂਕਿ ਸਾਨੂੰ ਬਹੁਤ ਦੂਰ ਪਿਆ, ਫਿਰ ਵੀ ਅਸੀਂ ਆਪ ਜਾ ਕੇ ਫੈਕਟ ਫਾਈਂਡਿੰਗ ਕਰਦੇ, ਗਰਾਊਂਡ 'ਤੇ ਚੈੱਕ ਕਰਦੇ ਹਾਂ ਹਾਲਾਤ ਕਿੱਦਾਂ ਦਿੰਦੇ ਹਾਂ, ਹੈ ਨਾ। ਬਹੁਤ ਹੀ ਜੈਨੂਅਨ ਕੇਸ ਸੀਗਾ, ਇਸ ਤਰ੍ਹਾਂ ਦੇ ਬੱਚਿਆਂ ਨੂੰ ਸਪੋਰਟ ਕਰਨ ਲਈ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ, ਨੰਬਰ ਤੁਹਾਡੇ ਕੋਲ ਆ ਰਹੇ ਨੇ। ਸੋ ਭੈਣ ਜੀ, ਉਹਨਾਂ ਨੇ ਸੇਵਾ ਦਾ ਇਸ ਲਾਇਕ ਸਮਝਿਆ ਔਰ ਅਕਾਲ ਪੁਰਖ ਦੀ ਬਹੁਤ ਬਹੁਤ ਸ਼ੁਕਰੀਆ ਅਦਾ ਹੈ, ਸੰਗਤ ਰੂਪ ਦੇ ਵਿੱਚ ਸੇਵਾ ਨਿਭਾ ਪਾਉਂਦੇ ਹਾਂ, ਬਹੁਤ ਸ਼ੁਕਰੀਆ। ਫਤਿਹ ਦੀ ਸਾਜ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।